ਕੁਝ ਦਿਨ ਪਹਿਲਾਂ ਜਲੰਧਰ ਦੇ ਨਕੋਦਰ ਚੌਂਕ ਵਿੱਚ ਕਿੰਨਰਾਂ ਨੇ ਪੁਲਿਸ ਦੇ ਖਿਲਾਫ ਅਧਨੰਗੇ ਹੋ ਕੇ ਪ੍ਰਦਰਸ਼ਨ ਕੀਤਾ ਸੀ ਤੇ ਪੁਲਿਸ ਦੇ ਖਿਲਾਫ ਅਪਸ਼ਬਦ ਵੀ ਬੋਲੇ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕੀਤੀ ਤੇ ਪੁਲਿਸ ਨਾਲ ਬਦਸਲੂਕੀ ਕਰਨ ਵਾਲਿਆਂ ਦੀ ਭਾਲ ਵੀ ਕੀਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਕਿੰਨਰਾਂ ਦੇ ਇੱਕ ਸਾਥੀ ਨੂੰ ਗ੍ਰਿਫਤਾਰ ਕੀਤਾ ਤੇ ਜਾਂਚ ਰਿਕਾਰਡ ਨੂੰ ਲੈ ਕੇ ਇਹਨਾਂ ਕਿੰਨਰਾਂ ਨੇ ਥਾਣਾ ਨੰਬਰ 4 ਦੇ ਬਾਹਰ ਅਧਨੰਗੇ ਹੋ ਕੇ ਜੰਮ ਕੇ ਹੰਗਾਮਾ ਕੀਤਾ ਤੇ ਰਾਹਗੀਰਾਂ ਦਾ ਰਸਤਾ ਵੀ ਰੋਕਿਆ। ਉੱਥੇ ਹੀ ਪੁਲਿਸ ਨੇ ਕਿੰਨਰਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਪੁਲਿਸ ਵਾਲਿਆਂ ਨਾਲ ਉਹਨਾਂ ਧੱਕਾਸ਼ਾਹੀ ਦਾ ਆਰੋਪ ਲਗਾਉਂਦਿਆਂ ਨਾਅਰੇਬਾਜ਼ੀ ਕਰਨ ਲੱਗੇ। ਇਸ ਮਾਮਲੇ ਬਾਰੇ ਥਾਣੇ ਦੇ SHO ਸੁਖਦੇਵ ਸਿੰਘ ਨੇ ਦੱਸਿਆ ਕਿ ਕ੍ਰਿਸ਼ਨਾ ਉਰਫ ਜੋਤੀ ਤੇ ਮਾਮਲਾ ਦਰਜ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਪੁਲਿਸ ਬਾਕੀਆਂ ਦੀ ਭਾਲ ਕਰ ਰਹੀ ਹੈ ਤੇ ਜਿਹੜੀ ਵੀ ਬਣਦੀ ਕਾਰਵਾਈ ਹੋਵੇਗੀ ਉਹ ਉਹਨਾਂ ਤੇ ਕੀਤੀ ਜਾਵੇਗੀ ਤੇ ਪੁਲਿਸ ਨੇ ਕ੍ਰਿਸ਼ਨਾ ਅਤੇ ਉਸ ਦੇ ਹੋਰ ਸਾਥੀਆਂ ਖਿਲਾਫ ਕਈ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ। ਹੰਗਾਮਾ ਨਹੀਂ ਕੀਤਾ, ਇੱਥੇ ਆਏ ਸੀਗੇ, ਇਹਨਾਂ ਨੂੰ ਤਸਦੀਕ ਕੀਤਾ ਸੀਗਾ, ਪਹਿਲਾਂ ਤਸਦੀਕ ਕਰਨ ਲਈ ਪੁਲਿਸ ਗਈ ਸੀਗੀ ਤੇ ਉਹਦੇ ਸੰਬੰਧ 'ਚ ਜੋਤੀ ਚੌਂਕ ਦੇ ਆਸ ਪਾਸ ਇਹਨਾਂ ਨੂੰ ਘੁੰਮਦੇ ਪਾਇਆ ਗਿਆ ਸੀਗਾ, ਜਿਹੜੇ ਤਸਦੀਕ ਹੋ ਰਿਹਾ ਸੀ ਜਿਹਦੇ ਬਾਰੇ ਕ੍ਰਿਸ਼ਨਾ ਉਰਫ ਪ੍ਰਿੰਤੋ ਬੈਜਨਾਥ ਦੇ ਪਿਤਾ ਦਾ ਨਾਂ ਆ, ਬਾਦਸ਼ਾਹਪੁਰੇ ਦੀ ਰਹਿਸ਼ ਹੈਗੀ ਆ। ਇਹ ਤਸਦੀਕ ਕਰਕੇ ਕਿ ਨਕੋਦਰ ਚੌਂਕ ਵਾਲੇ ਜਿਹੜੇ ਮੁਕੱਦਮਾ ਨੰਬਰ 126/8/7/18 ਦੇ ਵਿੱਚ ਮਿਤੀ ਨੂੰ ਜਿਹੜਾ ਦਰਜ ਹੋਇਆ ਸੀਗਾ, ਰੋਡ ਦੇ ਵਿੱਚ ਕੱਪੜੇ ਉਤਾਰ ਕੇ ਨੱਚਣ ਵਗੈਰਾ ਦਾ, ਪੁਲਿਸ ਦੇ ਨਾਲ ਬਦਸਲੂਕੀ ਕਰਨ ਦਾ ਅਤੇ ਆਉਂਦੇ ਜਾਂਦੇ ਲੋਕਾਂ ਦਾ ਰਸਤਾ ਵਗੈਰਾ ਰੋਕ ਕੇ ਅਤੇ ਪੁਲਿਸ ਦੀ ਡਿਊਟੀ 'ਚ ਰੁਕਾਵਟ ਪਾਉਣ ਸੰਬੰਧੀ ਪਰਚਾ ਦਰਜ ਹੋਇਆ ਸੀਗਾ। ਉਹਦੇ ਬਾਅਦ ਇਹਨੂੰ ਅੱਜ ਜੋਤੀ ਚੌਂਕ ਦੇ ਲਾਗਿਓਂ ਕਾਬੂ ਕਰਕੇ ਪੁੱਛਗਿੱਛ ਤੋਂ ਬਾਅਦ, ਤਸਦੀਕ ਕਰਨ ਤੋਂ ਬਾਅਦ ਕਿ ਉਹੀ ਆ ਜਿਹਨੇ ਉਸ ਦਿਨ ਹੰਗਾਮਾ ਕੀਤਾ ਸੀਗਾ, ਉਹਨਾਂ 'ਚੋਂ ਇੱਕ ਹੈਗੀ ਆ, ਦੋ ਜਾਣੇ ਸੀ ਉਹਨਾਂ 'ਚੋਂ, ਇੱਕ ਇਹ ਸੀਗੀ ਕ੍ਰਿਸ਼ਨਾ ਏਲੀਅਸ ਪ੍ਰੀਤੋ, ਬਾਪ ਦਾ ਨਾਮ ਬੈਜਨਾਥ, ਪਿੰਡ ਬਾਦਸ਼ਾਹਪੁਰ, ਜ਼ਿਲ੍ਹਾ ਜਲੰਧਰ ਦੀ ਰਹਿਣ ਵਾਲੀ। ਹਾਂ, ਇਹਨੇ ਐਡਮਿਟ ਕਰ ਲਿਆ ਆ। ਉਹਨਾਂ ਬਾਰੇ ਹੁਣ ਫਰਦਰ ਤਸਦੀਕ ਇਹਦੇ ਕੋਲ ਕੀਤਾ ਜਾਊਗਾ, ਪੁੱਛਗਿੱਛ ਦੌਰਾਨ ਪਤਾ ਲਾਇਆ ਜਾਊਗਾ ਕੌਣ ਸੀ ਇਹਦੇ ਨਾਲ। ਮਾਮਲਾ ਆਲਰੇਡੀ ਇਹਦੇ ਖਿਲਾਫ਼ ਪਰਚਾ ਮੁਕੱਦਮਾ ਨੰਬਰ 126/8/7/18/294/353/186/383/343 IPC ਤਹਿਤ ਪਹਿਲਾਂ ਹੀ ਥਾਣਾ 4 ਦੇ ਵਿੱਚ ਦਰਜ ਹੈ, ਜਿਹਦੇ ਵਿੱਚ ਇਹਨੂੰ ਅੱਜ ਬਾਅਦ ਪੁੱਛਗਿੱਛ ਦੋਸ਼ੀ ਪਾ ਕੇ ਗ੍ਰਿਫਤਾਰ ਕੀਤਾ ਗਿਆ ਹੈ। ਅੱਗੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ, ਬਾਕੀ ਜਿਹੜੇ ਹੋਰ ਕੋਈ ਇਹਦੇ ਵਿੱਚ ਅਕਿਊਜ਼ ਪਾਇਆ ਜਾਂਦਾ, ਜਿਹੜਾ ਵੀ ਸਾਹਮਣੇ ਆਊਗਾ ਤਸਦੀਕ ਕਰਕੇ ਉਹਨੂੰ ਵੀ ਅੱਗੇ ਮੁਕੱਦਮਾ ਵਿੱਚ ਛਾਪੇਮਾਰੀ ਕਰਕੇ ਕਾਬੂ ਕੀਤਾ ਜਾਊਗਾ। ਜਲੰਧਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ, ਚੈਨਲ ਪੰਜਾਬ।